ਅਕਾਸ਼ ਵਾਨੀ ਲੋਕ ਸਭਾ ਚੋਣਾਂ ਦੇ 7ਵੇਂ ਤੇ ਅਖੀਰੀ ਮਰਲੇ ਲਈ ਚੋਣ ਪ੍ਰਚਾਰ ਕੱਲ ਸੰਪੰਨ ਹੋਈ ਜਾਗ ਪ੍ਰਧਾਨ ਮੰਤਰੀ ਸਨੇ ਔਰ ਵੱਡੇ ਨੇਤਾ ਚੋਣ ਮੈਦਾਨ ਚ ਲੋਕ ਸਭਾ ਚੁਣਾਈ ਦੇ ਛੇਵੇਂ ਮਰਲੇ ਚ 56 ਸੰਸਦੀ ਅਲਕੇ ਲਈ 63.37% ਮદાન ਦਰਜ ਕੀਤਾ ਗਿਆ ਸਟੇਟ ਬੈਂਕ ਆਫ ਇੰਡੀਆ ਨੇ ਚੌਥੀ ਤਿਮਾਈ ਲਈ ਜੀ ਡੀ ਪੀ ਦੀ ਵਿਵਰਤੀ ਦਰ 7.4% ਦੇ ਮਾਲੀ ਬਰੇ 2024 ਚ ਵਿਵਰਤੀ ਦਰ 8% ਰੋਣੇ ਦੀ ਭਵਿੱਖਬਾਨੀ ਕੀਤੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋ ਰਹੇ ਸਵੀਕਾਰਿਆ ਹੈ ਜੇ ਇਸਲਾਮਾਬਾਦ ਨੇ 1999 ਚਪਾਰਤ ਕਰਨੇ ਕੀਤੇ ਗਏ ਦੇ ਇੱਕ ਸਮਝੌਤੇ ਦਾ ਉਲੰਘਣ ਕੀਤਾ ਹ ਭਾਰਤੀ ਸੈਨਾ ਦੀਆਂ ਮੇਜਰ ਰਾਧਿਕਾ ਸੈਨਗੀ 2023 ਵਾਲੇ ਮਿਲਟਰੀ ਜੈਂਡਰ ਐਡਵੋਕੇਟ ਆਫ ਇਅਰ ਅਵਾਰਡ ਪ੍ਰਾਪਤ ਕਰਨ ਲਈ ਤਾਲਿਆ ਗਿਆ ਹੈ ਉਹਨ ਖਬਰਾਂ ਤਫਸੀਲ ਕਰਨੇ ਲੋਕ ਸਭਾ ਚੋਣਾਂ ਦੇ 7ਵੇਂ ਗੇੜ ਲਈ ਚੋਣ ਪ੍ਰਚਾਰ ਕੱਲ ਖਤਮ ਹੋਈ ਜਾਗ ਇਸ ਗੇੜ ਤਹਿਤ ਪਹਿਲੀ ਜੂਨ ਦੀ 8 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 52 ਸੰਸਦੀ ਸੀਟਾਂ ਉੱਪਰ ਬੋਰਡ ਪਾਏ ਜਾਣਗੇ ਇਸ ਗੇੜ ਚ ਕੁੱਲ 904 ਮੀਦਵਾਰ ਚੋਣ ਮੈਦਾਨ ਚ ਜਿੰਦੇ ਚ ਬੀਜੇਪੀ ਦੇ ਵੱਡੇ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰ ਵੀ ਸ਼ਾਮਲ ਨ ਪਰ ਤਾਂ ਮੰਤਰੀ ਉਰ ਬਾਰਾਨਸੀਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਾ ਡੀਡੀ ਹਰ ਸਿਮਰਤ ਕੋਰ ਬਾਦਲ ਸ਼ਾਮਲਨ ਸਤਮੀ ਤੇ ਅਖੀਲੀ ਗੇੜ ਚ ਜਿਨੇ ਸੀਟੀਆਂ ਪਰ ਮਦਦਾਨ ਹੋਣਾ ਉਨਦੇ ਚ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ 13 13 ਸੀਟਾਂ ਪੱਛਮ ਬੰਗਾਲ ਦੀਆਂ 9 ਸੀਟਾਂ ਬਿਹਾਰ ਦੀਆਂ 8 오ਡੀਸ਼ਾ ਦੀਆਂ 6 ਹਿਮਾਚਲ ਪ੍ਰਦੇਸ਼ ਦੀਆਂ 4 ਝਾਰਖੰਡ ਦੀਆਂ 13 ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਇੱਕ ਸੀਟ ਸ਼ਾਮਲ ਹੈ ਇਲੇ ਚਲਾਕਰਦੇ ਲੋਕ ਸਭਾ ਚੋਣਾਂ ਦੇ ਛੇਵੇਂ ਮਰਲੇ 'ਚ 63.37 ਫੀਸਦੀ ਵੋਟਾਂ ਦਾ ਮਤਦਾਨ ਦਰਜ ਕੀਤਾ ਗਿਆ ਹੈ ਤੇ 11 ਕਰੋੜ 13 ਲੱਖ ਯੋਗ ਵੋਟਰ ਨੇ ਇਚਾ 7 ਕਰੋੜ 5 ਲੱਖ 44933 ਲੋਕਾਂ ਨੇ ਆਪਣੇ ਵੋਟ ਪਾਣੇ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ ਮੰਗਲਵਾਰ ਨੂੰ ਜਾਰੀ ਕੀਤੇ ਗਏ ਦੇ ਇੱਕ ਬਿਆਨ 'ਚ ਭਾਰਤੀ ਚੋਣ ਆਯੋਗ ਨੇ 25 ਮਈ ਦੀ ਛੇਵੇਂ ਮਰਲੇ 'ਚ 8 ਰਾਜਾਂ 'ਚ ਠੁੰਜਾ ਸੀਟ ਸੰਸਦੀ ਸੀਟੀਆਂ ਉੱਪਰ ਚੋਣਾਂ ਲੜੀ ਗੇਨ ਚੋਣ ਆਯੋਗ ਨੇ ਸ਼ਨੀਵਾਰ ਦੀ ਲੋਕ ਸਭਾ ਚੋਣਾਂ ਦੇ ਛੇਵੇਂ ਮਰਲੇ ਤੈਤ ਵੋਟ ਪਾਣੇ ਆਲੇ ਮਤਦਾਤਾਾਂ ਦੇ ਟਕੋਦੇ ਆંકੜੇ ਦੀ ਜਾਰੀ ਕੀਤਾ ਚੋਣ ਆਯੋਗ ਨੇ ਅੱਗੇ ਆਖਿਆ ਜੇ ਅਖੀਰੀ ਮਤਦਾਨ ਸਿਰਫ ਡਾਕ ਮਤ ਪੱਤਰੇ ਦੀ ਗਿੰਤਰੀ ਤੇ ਕੁੱਲ ਮਤਦਾਨ ਇਚ ਇਸ ਗੀ ਜੋੜਨੇ ਕਰਨੇ ਉਹਨੇ ਆਲੇ ਆંકੜੇ ਦੇ ਮਗਰਾ ਗਏ ਇਸ ਇਹ ਉਪਲਬਧ ਹੋਗ ਅਯੋਗ ਨੇ 7ਵੇਂ ਮਰਲੇ ਲਈ ਸੰਸਦੀ ਹਲਕੇ ਸਾਬੇ ਵੋਟਰੀਆਂ ਦੀ ਗਿਣਤਰੀ ਆਲੇ ਆંકੜੇ ਕੀ ਵੀ ਜਾਰੀ ਕੀਤਾ ਪਰਦੇ ਸਾਰੇ ਸ਼ਾ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਖੋਜ ਟੀਮ ਦਾ ਭਾਰਤ ਅર્થ ਬਵਸਤਾ ਉਪਰ ਆਪਣੇ ਅੰਕਲਨ ਦੇ ਮਤੇ ਸਾਰੇ ਵਿਸ਼ਲੇਸ਼ਕੀ ਕੋਲਾ ਅੰਦਾਜ਼ਾ ਮਤਾ ਖਰਾ ਨਿਕਲਿਆ ਹੈ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਖੋਜ ਰਿਪੋਰਟ ਚ ਬੈਂਕ ਕੀ ਲਗਦਾ ਹੈ ਜੇ ਚੌਥੀ ਤਿਮਾਈ ਚ ਭਾਰਤ ਦੀ ਜੀਡੀਪੀ 7.4 ਫੀਸਦ ਰੋਣੇ ਦੀ ਮੇਦ ਹੈ ਆਰਬੀਆਈ ਨੇ ਮਾਲੀ ਬਰੇ 2024 ਲਈ ਜੀਡੀਪੀ ਦੀ ਵਿਰਧੀ ਦਰ 8 ਦੇ ਕੋਲ ਕਾਚੂ ਰੋਨੇ ਦਾ ਅਨੁਮਾਨ ਲਾਇਆ ਹੈ ਰਾਸ਼ਟਰੀ ਸੰਖਿਆ ਕੀ ਦਫਤਰ ਐਨ ਐਸਓ 31 ਮਈ ਕੀ ਰਾਸ਼ਟਰੀ ਖਾਤੇ ਦੇ ਆਜੀ ਅਨੁਮਾਨੇ ਦੇ ਕੰਨੋਂ ਕੰਨੀ ਚੌਥੀ ਤਿਮਹੀ ਦੇ ਜੀਡੀਪੀ ਨੰਬਰੇ ਕੀ ਪ੍ਰਕਾਸ਼ਿਤ ਕਰੋਗ ਇਹ ਖਬਰਾਂ ਤੁਸ ਆਕਾਸ਼ਵਾਨੀ ਉਪਰਾ ਸੁਣਾ ਕਰਦੇ ਹੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਰੇ ਨੇ ਸਵੀਕਾਰਿਆ ਹੈ ਜੇ ਇਸਲਾਮਾਬਾਦ ਨੇ 1999 ਵਿੱਚ ਭਾਰਤ ਕੰਨੇ ਇੱਕ ਸਮਝੌਤੇ ਦੀ ਖਲਾਅ ਵਰਜੀ ਕੀਤੀ ਸੀ ਪਾਕਿਸਤਾਨ ਮੁਸਲਿਮ ਲੀਗ ਦੀ ਜਨਰਲ ਕੌਂਸਲ ਦੀ ਬੈਠਕ ਵਿੱਚ ਉਹਨੇ ਇਹ ਖੁਲਾਸਾ ਕੀਤਾ ਬੈਠਕ ਦੌਰਾਨ ਸ਼ਰੀਫ ਹੋਰੇ ਨੇ ਦਾਅਵਾ ਕੀਤਾ ਜੇ ਉਹਨੇ 28 ਮਈ 1998 ਗੀ ਪਰਮਾਣੂ ਪ੍ਰੀਖਣ ਕੀਤਾ ਹੈ ਜਵਾਬ ਵਿੱਚ ਉਸਲੇ ਦੇ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਹੋਰੇ ਲਾਹੌਰ ਦਾ ਦੌਰਾ ਕੀਤਾ ਅਤੇ 21 ਫਰਵਰੀ 1999 ਚ ਲਾਹੌਰ ਘੋਸ਼ਨਾ ਪੱਤਰ ਉਪਰ ਦਸਤਖਤ ਕੀਤੇ ਸਮਝੌਤੇ ਦਾ ਮਕਸਦ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀਗੀ ਬੜਾਵਾ ਦੇਣਾ ਹਾ ਸ਼ਰੀਫ ਹੋਰੇ ਆਖਿਆ ਜੇ ਦਸਤਖਤ ਦੇ ਫੋਰਨ ਮਗਰਾ ਪਾਕਿਸਤਾਨੀ ਸੈਨਿਕਾਂ ਜੰਮੂ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਚ ਗੁਸਪੈੜ ਕੀਤੀ ਜਿਹਦੇ ਕੰਨੇ ਕਾਰਗਿਲ ਜੁੱਧ ਹੋ ਆ ਪਾਰਟੀ ਸੈਨਾ ਦੀ ਮੇਜਰ ਰਾਧਿਕਾ ਸੈਨ ਔਰੇਂਗੀ 2023 ਦੇ ਯੂਨਾਈਟਿਡ ਨੇਸ਼ਨਸ ਮਿਲਟਰੀ ਜੈਂਡਰ ਐਡਵੋਕੇਟ ਆਫ ਦਾ ਇਅਰ ਅਵਾਰਡ ਆਸਤੇ ਚੁਣਿਆ ਗਿਆ ਹੈ ਇਹ ਪੁਰਸਕਾਰ ਮਹਿਲਾਇਆਂ ਤੇ ਕੁੜੀਆਂ ਦੇ ਇੱਕ ਸ਼ਾਂਤੀ ਰક્ષਕ ਦੇ ਤੌਰ 'ਤੇ ਹੁੰਦੇ ਸਮਰਥਨ ਦੀ ਮਨਜ਼ੂਰੀ ਦਿੰਦਾ ਹੈ ਸੰਯੁਕਤ ਰਾਸ਼ਟਰ ਮਹਾਸਚਿਵ ਉਰੇ ਸ਼ੁਭ ਕਾਮਨਾਵਾਂ ਦਿੰਦੇ ਹੋਈ ਉਹਨੇ ਕੀ ਇੱਕ ਸੱਚੀ ਤੇ ਆਦਰਸ਼ ਨੇਤਾ ਦੱਸਿਆ ਉਹਨੇ ਆਖਿਆ ਜੇ ਉੰਦੀ ਸੇਵਾ ਸਮੱਗਰ ਰੂਪਕ ਨੇ ਸੰਯੁਕਤ ਰਾਸ਼ਟਰ ਪ੍ਰਤੀ ਇੱਕ ਸੱਚੀ ਸਦਭਾਵਨਾ ਹੀ ਰਾਸ਼ਟਰੀ ਜਾਂਚ ਏਜੰਸੀ ਨੇ ਮੁਲਕ ਦੀ ਪੁਰਵੋਤਰੀ ਸਿਮਾਆਂ 'ਤੇ ਬੰਗਲਾਦੇਸ਼ੀ ਨਾਗਰਿਕਾਂ ਤੇ ਰੋਂਗੀਆਂ ਦੀ ਗੁਸਬੈਠ ਕਰਵਾਉਣੇ ਵਾਲੇ ਪ੍ਰਮੁੱਖ ਸਾਜ਼ਿਸ਼ਕਰਤਾ ਕੀ ਗ੍ਰਿਫਤਾਰ ਕੀਤਾ ਹੈ ਐਨ ਆਈ ਏ ਮੁਜਬ ਇਸ ਮਾਮਲੇ 'ਚ ਤ੍ਰਿਪੂਰਾ ਦੇ ਜ਼ਲੀਲ ਮੀਆਂ ਕੀ गिरफ्तार ਕੀਤਾ ਗਿਆ ਹੈ ਅਸਮ ਵਿਸ਼ੇਸ਼ ਕਾਰਜਬਲ ਆਸਿਆ ਪਹਿਲੇ 133 ਲੋਕਾਂ ਦੀ NIA ਨੇ ਫੜੇਦਾ ਹੈ ਪਿਛਲੇ ਬਰੇ ਨਵੰਬਰ ਵਿੱਚ NIA ਆਸਿਆ ਪੂਰੇ ਮੁਲਕ ਵਿੱਚ ਤਲਾਸ਼ੀ ਵਿੱਚ ਵਿਦੇਸ਼ੀ মুদ্রা ਕਰਨੇ ਡਿਜੀਟਲ ਉਪਕਰਣ ਨੇ ਸਨੇ ਅਪੱਤੀ ਜਨਕ ਡਾਟਾ ਜ਼ਬਤ ਕੀਤਾ ਗਿਆ ਹਾ ਭਾਰਤੀ ਇਤਿਹਾਸਿਕ ਰਿਕਾਰਡਿੰਗ ਦੀ ਡਿਜੀਟਲ ਬਣਾਉਣੇ ਚ ਅੱਗੇ ਵਧੀ ਗਿਆ ਹੈ ਤੇ ਭਾਰਤ ਦੇ ਰਾਸ਼ਟਰੀ ਅਭਿਲੇਖਾਗਾਰ ਨੇ ਇਸ ਪਹਿਲਕਦਮੀ ਦੀ ਅਗਵਾਈ ਕੀਤੀ ਹੈ ਭਾਰਤ ਦੇ ਰਾਸ਼ਟਰੀ ਅਭਿਲੇਖਾਗਾਰ ਦੇ ਡਾਇਰੈਕਟਰ ਜਨਰਲ ਅਰੁਣ ਸਿੰਘਲ ਹੋਰੇ ਆਕਾਸ਼ਵਾਨੀ ਕਰਨੇ ਇੱਕ ਖਾਸ ਗੱਲਬਾਤ ਵਿੱਚ ਰਿਕਾਰਡ ਦੇ ਡਿਜੀਟਲੀ ਕਰਨ ਉਹਦੇ ਕੰਮੇ ਦੀ ਪ੍ਰਤੀਵਾਰੇ ਲੋਪਾਈ ਉਹਨੇ ਸਾਂਝਾ ਕੀਤਾ ਜੇ ਰਾਸ਼ਟਰੀ ਅਭਿਲੇਖਾਗਾਰ ਇਸ ਲਈ ਹਰ ਰੋਜ਼ 6 ਲੱਖ ਪੰਨੇ ਦਾ ਡਿਜੀਟਲੀ ਕਰਨ ਕਰਦਾ ਹੈ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਆਈ ਪੰਜਾ ਕੁਸ਼ਤੀ ਪ੍ਰਤੀਯੋਗਤਾ ਚ ਭਾਰਤ ਨੇ ਇੱਕ ਸੁੰਨੇ ਦਾ ਤੇ 6 ਕੈਂਦੇ ਤਗਮੇ ਸਨੇ 7 ਤਗਮੇ ਹਾਸਲ ਕੀਤੇ ਨ ਸ਼੍ਰੀਮント ਝਾ ਨੇ ਦੋ ਸ਼੍ਰੇਣੀ ਚ ਇਸਾਲੈਤਾ ਮਾਸਟਰਸ ਵਰਗ ਚ ਲਸ਼ਮਨ ਸਿੰਘ ਭੰਡਾਰੀ ਨੇ ਦੋ ਕੈਂਦੇ ਤਗਮੇ ਹਾਸਲ ਕੀਤੇ ਜਿਸ ਲਈ ਕਿ ਸਚਿਨ ਗੋਇਲ ਨੇ ਸੀਨੀਅਰ ਵਰਗ ਚ ਕੈਂਦਾ ਤਗਮਾ ਜਿੱਤਿਆ ਇਸ ਦੌਰਾਨ ਮਹਿਲਾਇਨ ਦੀ ਪ੍ਰਤੀਯੋਗਤਾ ਚ ਅਰਨਾਚਲ ਪ੍ਰਦੇਸ਼ ਦੀ ਖਡਾਰੀ ਨੇ ਦੋ ਕਹ ਦੇ ਤਗਮੇ ਜਿੱਤੇ ਭਾਰਤੀ ਮੌਸਮ ਵਿਭਾਗ ਨੇ ਪੱਛਮ ਉੱਤਰ ਤੇ ਮੱਧ ਭਾਰਤੀ ਚ ਜਾਰੀ ਗਰਮੀ ਦੀ ਸਥਿਤੀ ਚ ਕੱਲੇ ਥਵਾ ਬੱਲੇ ਬੱਲੇ ਕਮੀ ਆਉਣੇ ਦਾ ਅਨੁਮਾਨ ਜ਼ਾਹਿਰ ਕੀਤਾ ਹੈ ਜੰਮੂ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਛਤੀਸਗੜ੍ਹ ਬਿਹਾਰ ਤੇ ਓਡੀਸ਼ਾ ਚ ਗਰਮੀ ਕੱਲੇ ਤੱਕ ਜਾਰੀ ਰੋਗ ਪੱਛਮ ਉੱਤਰ ਤੇ ਮੱਧ ਭਾਰਤੀ ਚ ਅੱਜ ਤਾਪਮਾਨ ਚ ਬੜਾ ਮਤਾ ਤੇ ਕੋਈ ਮਹੱਤਵਪੂਰਨ ਬਦਲਾਅ ਆਉਣੇ ਦੀ ਮੇਦ ਨਹੀਂ ਹੈ। ਉਨੇ ਖੇਤਰੀ ਚ ਅਗਲੇ ਕਿਛ ਦਿਨੇ ਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣੇ ਦੀ ਮੇਦ ਦਸੀ ਹੈ। ਦਿੱਲੀ ਦੇ ਮੰਗੇਸ਼ਪੁਰ ਖੇਤਰੀ ਚ ਕੱਲ ਤਾਪਮਾਨ 49.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੌਸਮ ਵਿੱਚ ਰਾਸ਼ਟਰੀ ਰਾਜਧਾਨੀ 'ਚ ਦਰਜ ਸਭਨੇ ਥਾਵਾਂ ਮਤੇ ਤਾਪਮਾਨ ਹੈ ਮੌਸਮ ਵਿਭਾਗ ਨੇ ਆਖਿਆ ਹੈ ਜੇ ਕੇਰਲ 'ਚ ਦੱਖਣ ਪੱਛਮ ਮੌਨਸੂਨ ਦੇ ਆਉਣੇ ਕਨ ਸਥਿਤੀ ਬਿਹਤਰ ਹੋਣ ਦੇ ਅਸਾਰਨ ਅਖੀਰ 'ਚ ਖਾਸ ਖਾਸ ਖਬਰਾਂ ਇੱਕ ਵਾਰੀ ਪ੍ਰਤੀ ਸੁਣੀ ਲਓ ਲੋਕ ਸਭਾ ਚੋਣਾਂ ਦੇ 7ਵੇਂ ਤੇ ਅਖੀਰੀ ਮਰਲੇ ਲਈ ਚੋਣ ਪ੍ਰਚਾਰ ਕੱਲ ਸੰਪੰਨ ਹੋਈ ਜਾਗ ਪ੍ਰਧਾਨ ਮੰਤਰੀ ਸਨੇ ਔਰ ਵੱਡੇ ਨੇਤਾ ਚੋਣ ਮੈਦਾਨ 'ਚ ਨ ਲੋਕ ਸਭਾ ਚੋਣਾਂ ਦੇ ਛੇਵੇਂ ਮਰਲੇ ਚ ਠੁੰਜਾ ਸੰਸਦੀ ਅਲਕੇ ਲਈ 63.37% ਮਤਾਨ ਦਰਜ ਕੀਤਾ ਗਿਆ ਸਟੇਟ ਬੈਂਕ ਆਫ ਇੰਡੀਆ ਨੇ ਚੌਥੀ ਤਿਮਾਈ ਲਈ ਜੀ ਡੀ ਪੀ ਦੀ ਵਿਵਰਤੀ ਦਰ 7.4% ਤੇ ਮਾਲੀ ਬਰੇ 2024 ਚ ਵਿਵਰਤੀ ਦਰ 8% ਰੋਣੇ ਦੀ ਪੁਖਵਾਨੀ ਕੀਤੀ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋ ਰਹੇ ਸਵੀਕਾਰਿਆ ਹੈ ਜੇ ਇਸਲਾਮਾਬਾਦ ਨੇ 1999 ਚਪਾਰਤ ਕਰਨੇ ਕਿਤੇ ਗਏ ਦੇ ਇੱਕ ਸਮਝੌਤੇ ਦਾ ਉਲੰਘਣ ਕੀਤਾ ਹ ਭਾਰਤੀ ਸੈਨਾ ਦੀਆਂ ਮੇਜਰ ਰਾਧਿਕਾ ਸੈਨਗੀ 2023 ਵਾਲੇ ਮਿਲਟਰੀ ਜੈਂਡਰ ਐਡਵੋਕੇਟ ਆਫ ਇਅਰ ਅਵਾਰਡ ਪ੍ਰਾਪਤ ਕਰਨ ਲਈ ਤਾਲਿਆ ਗਿਆ ਹੈ ਇਹਦੇ ਕੰਨੇ ਕੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ